ये हमारा सवाल नहीं, हम नहीं कहते। 140 करोड़ देशवासियों की मांग है, उसमें से 60 करोड़ से अधिक किसान है जिस देश में, खेत मजदूर अलग हैं, तो 70-75% आबादी की मांग है। सब हम मिल के करेंगे, इस देश को हम आगे लेके जाना चाहते हैं। अगर कृषि बच गई तो देश बच जाएगा। तो ये हमारी बात सी, और मैं हुण पंजाबी च कह देना चाहुंना कि देखो भराओ, ਪੰਜਾਬੀ ਅਤੇ ਹਰਿਆਣਾ ਮੀਡੀਆ, ਮੈਂ ਸਾਰਾ ਮੀਡੀਆ ਕਹਿੰਦਾ ਚੰਗਾ, ਕੋਈ ਮਾੜਾ ਨਹੀਂ ਹੈਗਾ। ਆਪਣੇ ਬੰਦੇ ਜ਼ਰੂਰ ਮੀਡੀਆ ਨਾਲ ਜਿਹੜਾ ਸਹਿਯੋਗ ਕਰਨ, ਜਿਹੜੀ ਉਹਦੇ ਵਿੱਚ ਸਾਡੇ ਬੰਦੇ ਮੀਡੀਆ ਨਾਲ ਟਕਰਾਅ ਵਾਲੀ ਗੱਲ 'ਚ ਨਾ ਆਉਣ। ਸਾਡੀ ਜਿਹੜੀ ਬੇਨਤੀ ਆ, ਸਾਡੇ ਨੌਜਵਾਨ, ਸਾਡੇ ਕਿਸਾਨ ਮਜ਼ਦੂਰ ਕਿਤੇ ਵੀ ਭੜਕਾਹਟ 'ਚ ਨਾ ਆਉਣ। ਗੁਰੂ ਸਾਹਿਬ ਦੀ ਸਾਰੀ ਉਮਰ ਉਹਨਾਂ ਨੇ ਬੜਾ ਵੱਡਾ ਉਪਦੇਸ਼ ਦਿੱਤਾ, ਜੰਗਾਂ ਲੜੀਆਂ, ਕਿਤੇ ਵੀ ਹੌਂਸਲਾ ਨਹੀਂ ਖੋਇਆ, ਕਿਤੇ ਵੀ ਭੜਕਾਹਟ 'ਚ ਨਹੀਂ ਆਏ। ਅਖੀਰ ਤੱਕ ਗੱਲਬਾਤ ਹੁੰਦੀ ਰਹੀ, ਅਖੀਰ ਤੱਕ ਅਸੀਂ ਗੱਲ ਸੁਣਦੇ ਰਹੇ। ਅਸੀਂ ਟਕਰਾਅ ਵਾਲੇ ਪਾਸੇ ਨਹੀਂ ਜਾਣਾ ਚਾਹੁੰਦੇ। ਤਾਂ ਠੀਕ ਆ, ਸਾਡਾ ਮੁਹਿੰਮ ਹੈ, ਸਾਡਾ ਫੈਸਲਾ ਵਾ ਵੀ ਅਸੀਂ, ਸਾਡੀ ਸਰਕਾਰ ਨੇ ਗੱਲ ਨਹੀਂ ਸੁਣੀ ਹੈਗੀ, ਅਸੀਂ ਹੁਣ ਅੱਗੇ ਵਧਣਾ ਹੈਗਾ। ਤਾਂ ਇਸ ਕਰਕੇ ਫਿਰ ਸਾਰੇ ਮੀਡੀਆ ਨੂੰ, ਪੰਜਾਬ ਦਾ ਮੀਡੀਆ ਵਿਸ਼ੇਸ਼ ਕਰਕੇ, ਹਰਿਆਣੇ ਦਾ ਮੀਡੀਆ, ਇਹ ਪੂਰਾ ਸਹਿਯੋਗੀ ਆ ਸਾਰਾ ਮੀਡੀਆ, ਦੂਸਰਾ ਵੀ ਹੈਗਾ। ਦੇਖੋ ਇਹ ਮੌਕੇ ਦੀਆਂ ਗੱਲਾਂ ਨੇ, ਕੀ ਮੌਕੇ ਦੀਆਂ ਪ੍ਰਸਥਿਤੀਆਂ ਬਣਦੀਆਂ ਨੇ, ਕਿਹੋ ਜਿਹੇ ਮੌਕੇ ਦੇ ਫੈਸਲੇ ਲੈਣੇ ਪੈਂਦੇ ਨੇ, ਇਹ ਮੌਕੇ 'ਤੇ ਪਤਾ ਲੱਗੂ। ਪੰਦੇਰ ਸਾਹਿਬ, ਏਕਤਾ ਦੀ ਗੱਲ ਉਹ ਹਮੇਸ਼ਾ ਕਰਦੀ ਰਹੀ ਜਥੇਬੰਦੀਆਂ, ਪਰ ਅਜੇ ਵੀ ਬਹੁਤ ਸਾਰੀਆਂ, ਜਿਹੜਾ SKM ਇੱਕ ਬਹੁਤ ਵੱਡਾ ਪਾਰਟ ਹੈ, ਉਹ ਤੁਹਾਡੇ ਨਾਲ ਨਹੀਂ ਹੈ। ਦੇਖੋ ਤੁਸੀਂ ਕੱਲ੍ਹ ਵੀ ਵੇਖਿਆ ਮਨਜੀਤ ਰਾਜ ਸਾਹਿਬ ਉਹਨਾਂ ਨੂੰ ਆਏ ਨੇ, ਉਹਨਾਂ ਇਹ ਵੀ ਆਪਣੇ ਮੂੰਹੋਂ ਕਿਹਾ ਵੀ 5 ਜਥੇਬੰਦੀਆਂ। ਸਾਨੂੰ ਤਾਂ ਸਾਰਿਆਂ ਦੇ ਫੋਨ ਆ ਰਹੇ ਆ, ਅਸੀਂ ਤੁਹਾਡੇ ਪਿੱਠ 'ਤੇ ਖੜ੍ਹੇ ਹਾਂ, ਤੁਹਾਡੇ ਨਾਲ ਆ ਵੀ ਰਹੇ ਹਾਂ। ਤਾਂ ਮੈਨੂੰ ਨਹੀਂ ਲੱਗਦਾ ਵੀ ਜਿਹੜੀ ਕਿਸਾਨਾਂ ਮਜ਼ਦੂਰਾਂ ਦੇ ਹਿੱਤ ਵਾਲੀ ਕੋਈ ਵੀ ਜਥੇਬੰਦੀ ਆ, ਉਹ ਇਸ ਅੰਦੋਲਨ ਦੀ ਸਪੋਰਟ ਨਹੀਂ ਕਰਦੀ ਹੈਗੀ, ਇਸ ਅੰਦੋਲਨ ਦਾ ਸਮਰਥਨ ਨਹੀਂ ਕਰਦੀ ਹੈਗੀ।